ਆਪਣੇ ਦੇ ਨਾਲ ਹੋਈਆਂ ਵਧੀਕੀਆਂ ਨੂੰ ਲੈ ਕੇ ਇੱਕ ਲੜਕੀ ਦੇ ਵੱਲੋਂ RTI ਫਾਈਲ ਕੀਤੀ ਗਈ ਤਾਂ ਵਿਭਾਗ ਦੇ ਵੱਲੋਂ ਉਸ RTI ਦੇ ਵਿੱਚ ਵਿਦਿਆਰਥੀ ਦੀ ਸਕੂਲ ਦੀ ਕਾਪੀ ਦੀ ਫੋਟੋ ਸਟੇਟ ਭੇਜ ਦਿੱਤੀ। ਲੜਕੀ ਨੇ RTI ਰਾਹੀਂ ਜਵਾਬ ਮੰਗਿਆ ਸੀ। ਵਿਭਾਗ ਦੇ ਵੱਲੋਂ ਸਕੂਲ ਦੇ ਵਿਦਿਆਰਥੀ ਦੀ ਕਾਪੀ ਭੇਜ ਦਿੱਤੀ ਗਈ। ਇਸ ਲੜਕੀ ਨੇ BTECH ਪਾਸ ਕੀਤੀ ਹੋਈ ਹੈ, ਹੁਣ ਮਨਰੇਗਾ ਦੇ ਵਿੱਚ ਮੇਟ ਵਜੋਂ ਕੰਮ ਕਰਦੀ ਸੀ ਤਾਂ ਆਡਿਟ ਟੀਮ ਦੇ ਵੱਲੋਂ ਇਸ 'ਤੇ ਗੰਭੀਰ ਇਲਜ਼ਾਮ ਲਗਾਏ ਗਏ। ਮਜ਼ਦੂਰਾਂ ਤੋਂ ਪੈਸੇ ਲੈਣ ਦੇ ਇਲਜ਼ਾਮ ਲੱਗੇ ਨੇ ਤਾਂ ADC ਨੇ ਹਰਦੀਪ ਕੌਰ ਦੇ ਖਿਲਾਫ ਐਕਸ਼ਨ ਕੀਤਾ, ਜਦਕਿ ਹਰਦੀਪ ਕੌਰ ਨੇ ਕਿਹਾ ਕਿ ਉਹ ਮਨਰੇਗਾ ਕਾਨੂੰਨ ਲਾਗੂ ਕਰਵਾਉਣ ਦੀ ਲੜਾਈ ਲੜ ਰਹੇ ਨੇ। ਨਾਭਾ ਬਲਾਕ ਦੇ ਪਿੰਡ ਪਾਲੀਆ ਦੀ ਹਰਦੀਪ ਕੌਰ ਦੇ ਵੱਲੋਂ RTI ਦੇ ਮੰਗੇ ਜਵਾਬ ਦੇ ਵਿੱਚ ਸਕੂਲ ਦੇ ਕਿਸੇ ਵਿਦਿਆਰਥੀ ਦੀ ਕਾਪੀ ਦੀ ਫੋਟੋ ਸਟੇਟ ਭੇਜ ਦਿੱਤੀ। ਹਰਦੀਪ ਕੌਰ BTECH ਲੜਕੀ ਖਿਲਾਫ ਦੋਸ਼ਾਂ ਉੱਪਰ ਹੋਈ ਪੜਤਾਲ ਦੀ ਕਾਪੀ ਮੰਗੀ ਸੀ। ਨਾਭਾ ਦੇ ਪਿੰਡ ਪਾਲੀਆ ਦੀ ਵਸਨੀਕ ਵਜੋਂ ਪਟਿਆਲਾ ADC ਦਫ਼ਤਰ ਤੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਇੱਕ ਪੜਤਾਲੀਆ ਰਿਪੋਰਟ ਦੀ ਕਾਪੀ ਦੇ ਜਵਾਬ ਦੇ ਵਿੱਚ ਕਿਸੇ ਬੱਚੇ ਦੀ ਸਕੂਲ ਦੀ ਕਾਪੀ ਦੀ ਫੋਟੋ ਸਟੇਟ ਭੇਜੀ ਗਈ। ਇਸ ਬਾਬਤ ਜਦੋਂ ADC ਦਿਹਾਤੀ ਵਿਕਾਸ ਡਾਕਟਰ ਹਰਜਿੰਦਰ ਸਿੰਘ ਬੇਦੀ ਦੇ ਨਾਲ ਗੱਲਬਾਤ ਕੀਤੀ, ਉਹਨਾਂ ਕਿਹਾ ਕਿ ਜੋ RTI ਦੀਆਂ ਕਾਪੀਆਂ ਭੇਜੀਆਂ ਗਈਆਂ ਨੇ ਇਸ ਸੰਬੰਧੀ ਮੈਂ ਜਾਂਚ ਪੜਤਾਲ ਕਰਾਂਗਾ। ਮੇਰਾ ਨਾਮ ਹਰਦੀਪ ਕੌਰ ਹੈ ਸਰ। ਹਰਦੀਪ ਕੌਰ ਜੀ, ਤੁਸੀਂ ਪਹਿਲਾਂ ਕਿੱਥੇ ਲੱਗੇ ਹੋਏ ਸੀ ਅਤੇ RTI ਤੁਹਾਨੂੰ ਮਿਲੀ ਆ, ਜਿਹੜੇ ਹੈ ਕਿਸ ਤਰ੍ਹਾਂ ਦੀ ਮਿਲੀ ਆ? ਸਰ ਇਹ RTI ਮੈਨੇ ਇੱਕ ਪੜਤਾਲ ਦੀ ਕਾਪੀ ਮੰਗੀ ਸੀ ਪੂਰੀ ADC ਦਫ਼ਤਰੋਂ, ਅਤੇ ਜਿਹਦੇ ਵਿੱਚ ਵਿਦਿਆਰਥੀ ਦੀ ਜਿਹੜੀ ਸਕੂਲ ਦੀ ਨੋਟਬੁੱਕ ਹੈ ਉਹ ਸਾਰੀ ਫੋਟੋ ਕਾਪੀ ਕਰਕੇ ਲਗਵਾਈ ਗਈ ਹੈ। ਸਿਰਫ ਪਹਿਲੇ 28 ਪੇਜ ਨੇ ਜਿਹੜੇ ਉਹ ਪੜਤਾਲ ਦੇ ਨੇ, ਬਾਕੀ ਫੋਟੋ ਕਾਪੀ ਹੈ ਜੀ, ਅਤੇ ਵਾਰ ਵਾਰ ਇੱਕੋ ਪੇਜ ਲਗਾਏ ਗਏ ਨੇ। ਕਿੰਨੇ ਪੇਜਾਂ ਦੀ ਸੀ? ਟੋਟਲ 65 ਪੇਜਾਂ ਦੀ ਸੀ ਇਹਨਾਂ ਨੇ ਕਹੀ। ਕਾਹਦੀ ਪੜਤਾਲ ਦੀ ਰਿਪੋਰਟ ਮੰਗਾਈ ਸੀ? ਤੋਂ RTI ਮੰਗਾਈ ਸੀ ਤੁਸੀਂ? ਸਰ ਅਸਲ ਦੇ ਵਿੱਚ ਪਹਿਲਾਂ ਮੈਂ ਮੇਟ ਰਹਿ ਚੁੱਕੀ ਹੈਗੀ ਮਨਰੇਗਾ ਦੀ, ਅਤੇ ਇਹਨਾਂ ਨੇ ਇੱਕ ਪਲੈਨਿੰਗ ਕਰਕੇ ਮੈਨੂੰ ਹਟਾਉਣ ਦੀ ਪੂਰੀ ਤਰੀਕੇ ਨਾਲ ਕੋਸ਼ਿਸ਼ ਕੀਤੀ। ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੇਗੀਆਂ ਅੱਗੇ ਆਉਂਦੀਆਂ ਗਈਆਂ। ਉਹ ਹਟਾਉਣਾ ਮੈਨੂੰ ਇਸ ਲਈ ਚਾਹੁੰਦੇ ਸੀ ਕਿਉਂਕਿ ਅਸੀਂ ਕਾਨੂੰਨ ਲਾਗੂ ਕਰਵਾ ਰਹੇ ਸੀ, ਮਨਰੇਗਾ ਕਾਨੂੰਨ ਜਿਹੜਾ 2005 ਦਾ ਬਣਿਆ ਹੋਇਆ, ਅਤੇ ਪ੍ਰਸ਼ਾਸਨ ਚਾਹੁੰਦਾ ਨਹੀਂ ਹੈਗਾ ਕਿ ਕਾਨੂੰਨ ਲਾਗੂ ਹੋਵੇ। ਕੀ ਕਾਰਨ ਇਹਦੇ ਪਿੱਛੇ, ਕੌਣ ਸੀ ਜਿਹੜਾ ਹੈਗਾ ਤੁਹਾਨੂੰ ਡਿਸਮਿਸ ਵੀ ਕੀਤਾ ਗਿਆ ਮੇਡ ਦੀ ਨੌਕਰੀ ਦੀ? ਇਹਦੇ ਵਿੱਚ ਸਰ ਇਹ ਹੈ ਕਿ 17 ਜਨਵਰੀ ਨੂੰ ਸਾਡੇ ਪਿੰਡ ਦੇ ਵਿੱਚ ਸੋਸ਼ਲ ਆਡਿਟ ਹੋਇਆ ਸੀ, ਜਿਹਦੇ ਵਿੱਚ ਕਿ ਕੋਰਮ ਵੀ ਪੂਰਾ ਨਹੀਂ ਸੀ, ਕੋਈ ਵੀਡੀਓਗ੍ਰਾਫੀ ਨਹੀਂ ਸੀ, ਅਤੇ ਕਾਨੂੰਨ ਮੁਤਾਬਿਕ ਉਹ ਹੈ ਉਹ ਨਹੀਂ ਸੀ, ਮਤੇ ਵੀ ਲੋਕਾਂ ਦੇ ਕਹੇ ਮੁਤਾਬਿਕ ਨਹੀਂ ਸੀ ਪਾਏ ਗਏ, ਅਤੇ ਮੈਨੇ ਇਸ ਚੀਜ਼ ਦੀ ਆਵਾਜ਼ ਉਠਾਈ। ਉਹਨਾਂ ਨੇ ਮੈਨੂੰ ਫਿਰ ਮੇਰੇ 'ਤੇ ਇੱਕ ATR ਪਾ ਦਿੱਤੀ ਕਿ ਇਹ ਪੈਸੇ ਲੈਂਦੀ ਹੈਗੀ ਲੋਕਾਂ ਤੋਂ, ਅਤੇ BDO ਦਫ਼ਤਰ ਨੇ ਫਿਰ ਮਨਰੇਗਾ ਮਜ਼ਦੂਰਾਂ ਤੋਂ ਜਿਹੜੀਆਂ ਕਿ ਅਨਪੜ੍ਹ ਬੀਬੀਆਂ ਨੇਗੀਆਂ ਉਹਨਾਂ ਤੋਂ ਇੱਕ ਹਲਫੀਆ ਬਿਆਨ ਲਿਆ, ਜਿਹਦੇ ਵਿੱਚ ਇਹ ਕਹਿ ਕੇ ਸਾਈਨ ਕਰਵਾਏ ਗਏ ਕਿ ਅਸੀਂ ਕੰਮ ਲੈਣ ਆਏ ਹਾਂਗੇ, ਤੁਹਾਨੂੰ ਕੰਮ ਦੇਣਾ ਗਾ। ਮਨਰੇਗਾ ਦਾ ਕੰਮ ਲੈਣ ਦੇ ਲਈ ਉਹ ਬੀਬੀਆਂ ਨੇ ਸਾਈਨ ਕੀਤੇ, ਪਰ ਉਹ ਨਿਕਲਿਆ ਬਾਅਦ ਵਿੱਚ ਕਿ ਇਹ ਕੁੜੀ ਨੇ ਪੈਸੇ ਲਏ ਨੇ। ਫਿਰ ਉਹਨਾਂ ਨੇ BDO ਦਫ਼ਤਰ ਆ ਕੇ ਦੁਬਾਰਾ ਤੋਂ ਇਹ ਬਿਆਨ ਦਿੱਤਾ ਕਿ ਇਹ ਸਭ ਤੋਂ ਧੋਖੇ ਨਾਲ ਸਾਈਨ ਕਰਵਾਏ ਗਏ ਨੇ, ਇਸ ਕੁੜੀ ਨੇ ਕਦੇ ਸਾਡੇ ਤੋਂ ਪੈਸੇ ਨਹੀਂ ਲਏ, ਅਤੇ ਮੰਨੀਆਂ ਵੀ ਸੀਗੀਆਂ। ਉਹ ਬਿਆਨਾਂ ਦੀ ਕਾਪੀ ਹੈ ਜਿਹੜੀ ਅਸਲ ਦੇ ਵਿੱਚ ਮੇਰੇ ਪੱਖ ਦੇ ਵਿੱਚ ਬਿਆਨ ਆ ਰਹੇ ਸੀਗੇ ਲੋਕਾਂ ਦੇ, ਉਹ ਬਿਆਨ ਇਹਨਾਂ ਨੇ ਲਗਾਏ ਨਹੀਂ, ਉਹ ਮਿਸਿੰਗ ਨੇ ਜੀ RTI ਦੇ ਵਿੱਚ। RTI ਵਿੱਚ ਤਾਂ ਤੁਹਾਨੂੰ ਪੈਸੇ ਤਾਂ ਪੂਰੇ ਭਰੇ ਸੀ, 65 ਪੇਜਾਂ ਦੀ ਜੋ RTI ਮੰਗੀ ਸੀ, ਤੁਸੀਂ ਕਿੰਨੇ ਪੈਸੇ ਭਰੇ ਸੀ? ਸਰ ਇਹ 65 ਪੇਜਾਂ ਦੀ RTI ਕਿਹਾ ਸੀ ਇਹਨਾਂ ਨੇ, ਅਤੇ 2 ਰੁਪਏ ਪਰ ਪੇਜ ਦੇ ਹਿਸਾਬ ਨਾਲ ਸੀਗੇ, 130 ਰੁਪਏ ਮੈਂ ਫੀਸ ਭਰ ਕੇ ਉਹਦੀ, ਮੇਰੇ ਕੋਲ ਸਲਿੱਪ ਵੀ ਪਈ ਆ,
ਅਤੇ ਮੇਰੇ ਮੈਂ ਬੇਰੁਜ਼ਗਾਰ ਸੀਗੀ, ਇਹਨਾਂ ਨੂੰ ਇਹ ਸੀਗਾ ਕਿ ਪਹਿਲਾਂ ਤਾਂ ਕਿ ਇਹਨੇ ਫੀਸ ਹੀ ਨਹੀਂ ਭਰ ਪਾਉਣੀ ਕਿਉਂਕਿ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਅਤੇ ਬੇਰੁਜ਼ਗਾਰ ਹਾਂ। ਮੈਨੇ ਕਿਸੇ ਤੋਂ ਪੈਸੇ ਮੰਗ ਕੇ 130 ਰੁਪਏ ਫੀਸ ਭਰੇ ਅਤੇ ਜਦੋਂ RTI ਦਾ ਜਵਾਬ ਆਇਆ ਤਾਂ ਉਹਦੇ ਵਿੱਚ ਆਹ ਚੀਜ਼ਾਂ ਨਿਕਲੀਆਂ। ਤੁਹਾਡੀ ਕੀ ਕੁਆਲੀਫਿਕੇਸ਼ਨ ਹੈ? ਸਰ ਮੇਰੀ BTECH ਕੀਤੀ ਹੋਈ ਹੈ। ਤੇ ਹੁਣ ਕੀ ਮੰਗ ਕਰ ਤੁਸੀਂ ਆਪਣਾ ਪੱਖ ਰੱਖਿਆ ADC ਸਾਹਿਬ ਕੋਲੇ ਕੀ? ਸਰ ਇਹਦੇ ਵਿੱਚ ਉਹਨਾਂ ਨੂੰ ਸਾਰਾ ਕੁਝ ਤਕਰੀਬਨ ਦੱਸਿਆ ਗਿਆ ਸੀਗਾ। ਹੁਣ ਤੁਸੀਂ ਇਹਦੇ ਤੋਂ ਹਿਸਾਬ ਲਗਾ ਸਕਦੇ ਹੋ ਕਿ RTI ਦੇ ਵਿੱਚ ਹੀ ਨਹੀਂ ਲਗਾਉਣਾ। ਤੁਹਾਡੇ ਅਗੇਂਸਟ ਕਰਾਇਆ ਗਿਆ ਉਹ ਤਾਂ ਰਿਟਰਨ 'ਚ ਕਰਾਇਆ ਗਿਆ, ਤੁਸੀਂ ਫਿਰ ਉੱਥੇ ਕਿਵੇਂ ਦੱਸਿਆ? ਸਰ ਉੱਥੇ ਵੀ ਮੈਨੇ ਰਿਟਰਨ ਦੇ ਵਿੱਚ ਦਿੱਤਾ ਸੀ ADC ਸਾਹਿਬ ਨੂੰ, ਅਤੇ ADC ਸਾਹਿਬ ਨੇ ਅੱਗੇ BDO ਮੈਮ ਨੂੰ ਫਿਰ ਦੁਬਾਰਾ ਮਾਰਕ ਕਰਤਾ, ਬਟ ਕੋਈ ਕਾਰਵਾਈ ਨਹੀਂ ਹੋਈ ਹੈਗੀ। ਫਿਰ ਉਸ ਤੋਂ ਬਾਅਦ ਵਿੱਚ ADC ਸਾਹਿਬ ਸਾਡੇ ਪਿੰਡ ਆਏ ਅਤੇ ਸਾਰੇ ਪਿੰਡ ਦੇ ਲੋਕਾਂ ਦੇ ਸਾਹਮਣੇ ਉਹਨਾਂ ਨੇ ਮੇਰੇ ਪੱਖ ਦੇ ਵਿੱਚ ਫੈਸਲਾ ਸੁਣਾਇਆ ਸੀ, ਕਿਉਂਕਿ ਉੱਥੇ ਕੋਈ ਸਬੂਤ ਨਹੀਂ ਸੀ ਮਿਲਿਆ। ਜੇ ਮੈਂ ਕੁਛ ਕੀਤਾ ਹੁੰਦਾ ਤਾਂ ਸਬੂਤ ਮਿਲਦਾ ਸੀ, ਤਾਂ ਸਿਰਫ ਕਾਨੂੰਨ ਲਾਗੂ ਕਰਾਉਣ ਦੀ ਲੜਾਈ ਲੜ ਰਹੇ ਹਾਂ। ADC ਤਾਂ ਹੁਣ ਵੀ ਕਹੀ ਜਾਂਦੇ ਨੇ ਵੀ ਜਿਹੜਾ ਹੈਗਾ ਪੈਸੇ ਤੁਸੀਂ ਲਏ ਸੀ ਤਾਂ ਕਰਕੇ ਜਿਹੜਾ ਹੈਗਾ ਡਿਸਮਿਸ ਕੀਤਾ। ਦੇਖੋ ਸ਼ਿਕਾਇਤਾਂ ਦਾ ਜੀ ਸਭ ਦੇ ਖਿਲਾਫ ਆਉਂਦੀਆਂ ਰਹਿੰਦੀਆਂ ਨੇ, ਕਿਉਂਕਿ ਜਿਹੜਾ ATR ਦੇ ਵਿੱਚ ਵੀ ਪਾਇਆ ਹੋਇਆ ਸੀ ਉਹ ਸਿਰਫ ਮੇਰਾ ਨਾਮ ਨਹੀਂ ਸੀ ਇਕੱਲੀ ਦਾ, ਉਹਦੇ ਵਿੱਚ GRS ਇੰਦਰਜੀਤ ਦਾ ਵੀ ਨਾਮ ਸੀ ਕਿ ਇਹਨਾਂ ਨੇ ਕਦੇ ਰੁਜ਼ਗਾਰ ਮੇਲਾ ਨਹੀਂ ਕਰਵਾਇਆ ਪਿੰਡ ਦੇ ਵਿੱਚ ਆ ਕੇ, ਅਤੇ ਕੋਰਮ ਪੂਰਾ ਨਹੀਂ ਸੀ, 7 ਰਜਿਸਟਰ ਨਹੀਂ ਸੀਗੇ, ਇਹਨਾਂ ਨੇ ਕਦੇ ਫਸਟ ਏਡ ਕਿੱਟ ਨਹੀਂ ਪਿੰਡ ਦੇ ਵਿੱਚ ਆ ਕੇ ਦਿੱਤੀ, ਤਾਂ ਫਿਰ ਮੇਰੇ 'ਤੇ ਹੀ ਕਾਰਵਾਈ ਕਿਉਂ ਕੀਤੀ ਗਈ ਤੁਸੀਂ ਸਮਝ ਸਕਦੇ ਹੋ, ਕਿਉਂਕਿ ਅਸੀਂ ਕਾਨੂੰਨ ਲਾਗੂ ਕਰਾਉਣ ਦੀ ਲੜਾਈ ਲੜ ਰਹੇ ਹਾਂ ਅਤੇ ਉਹ ਦੂਜੇ ਪਾਸੇ ਕਾਨੂੰਨ ਦੀਆਂ ਸਰੇਆਮ ਧੱਜੀਆਂ ਉਡਾ ਰਹੇ ਨੇ। ਹੁਣ ਕੀ ਮੰਗ ਕਰਦੇ ਤੁਸੀਂ? ਸਰ ਮੇਰੀ ਮੇਨ ਮੰਗ ਇਹੀ ਹੈ ਕਿ ਸਾਡਾ ਜੋ ਮਨਰੇਗਾ ਕਾਨੂੰਨ ਆ ਉਹਨੂੰ ਲਾਗੂ ਕੀਤਾ ਜਾਵੇ, ਸਾਡੀ ਔਨਲਾਈਨ ਅਰਜ਼ੀ ਕੀਤੀ ਜਾਵੇ, ਅਤੇ ਉਸ ਤੋਂ ਇਲਾਵਾ ਜਿਹੜੇ ਵੀ ਮੇਟ ਇਸ ਤਰੀਕੇ ਨਾਲ ਹਟਾਏ ਜਾ ਰਹੇ ਨੇ ਜਾਲੀ ਬਿਨਾਂ ਗ੍ਰਾਮ ਸਭਾਵਾਂ ਕੀਤੇ, ਉਹ ਦੁਬਾਰਾ ਤੋਂ ਬਹਾਲ ਕੀਤੇ ਜਾਣ। ਦੇਖੋ ਜੀ, ਜਿਹੜੀ ਤਾਂ ਗੱਲ ਉਹਦੇ ਵਿੱਚ ਤੁਸੀਂ RTI ਮੰਗੀ ਹੈ ਜਾਂ ਉਹਨਾਂ ਵਿੱਚ ਉਹਨਾਂ ਨੂੰ ਜੇ ਹੋਮਵਰਕ ਦੀ ਤੁਸੀਂ ਗੱਲ ਕੀਤੀ ਹੈ ਉਹ ਦਿੱਤਾ ਗਿਆ। ਰਿਗਾਰਡਿੰਗ ਗੱਲ ਕਰੀਏ ਕਿ ਮੇਟ ਦੀ, ਮੇਟ ਦਾ ਕੰਮ ਮੁੱਢਲਾ ਜਿਹੜਾ ਕੰਮ ਹੈ ਉਹ ਜਿਹੜੀ ਸਾਡੇ ਨਰੇਗਾ ਵਰਕਰਸ ਹੈ ਉਹਨਾਂ ਦੀਆਂ ਟੈਂਡਸਾਂ ਪ੍ਰੋਪਰਲੀ ਲਗਾਉਣੀਆਂ ਤਾਂ ਕਿ ਉਹਨਾਂ ਦੀ ਦੇਖ ਰੇਖ ਰੱਖਣੀ ਪਿੰਡਾਂ 'ਚ ਕੰਮ ਚੰਗੀ ਤਰ੍ਹਾਂ ਕਰ ਰਹੀ ਹੈ। ਇਸ ਸੰਬੰਧੀ ਜਿਹੜੀ ਹੈ ਜਦੋਂ ਅਸੀਂ ਪ੍ਰੋਪਰ ਇਨਕੁਆਇਰੀ ਕੀਤੀ ਕਿ ਕਿਉਂ ਉਹਨਾਂ 'ਚ ਦੋਸ਼ ਲੱਗਿਆ ਸੀਗਾ ਕਿ ਉਹ ਜਿਹੜੇ ਸਾਡੇ ਨਰੇਗਾ ਵਰਕਰਸ ਹੈ ਉਹਨਾਂ ਕੋਲ ਪੈਸੇ ਲਏ ਜਾਂਦੇ, ਜਦੋਂ ਫਿਰ ਮੈਂ ਆਹ ਪਿੰਡ ਦੌਰਾ ਦੌਰਾ ਕੀਤਾ, ਮੈਂ ਪਿੰਡ ਦਾ ਦੌਰਾ ਕਰਕੇ ਅਸੀਂ ਗ੍ਰਾਮ ਸਭਾ ਸੱਦੀ, ਲੋਕ ਸਾਰੇ ਇਕੱਠੇ ਹੋਏ, ਜੋ ਮੁੱਢਲੀ ਜਾਂਚ ਇਹੀ ਸਾਹਮਣੇ ਆਇਆ ਕਿ ਜਿਹੜੇ ਉਹਨਾਂ ਦੇ ਜਿਹੜੇ ਪੈਸੇ ਲੈਣ ਦੇ ਸਬੂਤ ਆ ਕਾਫੀ ਜਿਹੜੇ ਆ ਸਾਹਮਣੇ ਲੋਕਾਂ ਨੇ ਗੱਲ ਕਰਕੇ ਰੱਖੀ। ਇਸ ਸੰਬੰਧੀ ਮੈਂ ਇਹੀ ਚਾਹਾਂਗਾ ਕਿਉਂਕਿ ਅੱਗੇ ਸਾਡੇ ਗਰੀਬ ਰੇਖਾ ਤੋਂ ਜਿਹੜੇ ਲੋਕ ਨੇ ਉਹ ਨਰੇਗਾ ਦਾ ਕੰਮ ਕਰ ਰਹੇ ਆ ਆਪਣੀ ਬੜੀ ਮਾਮੂਲੀ ਜਿਹੀ ਦਿਹਾੜੀ 'ਤੇ, ਜੇ ਉਹ ਤੋਂ ਵੀ ਕੋਈ ਇਹੋ ਜਿਹਾ ਬੰਦਾ ਜਾਂ ਕੋਈ ਇਹੋ ਜਿਹਾ ਦੋਸ਼ੀ ਉਹਨਾਂ ਕੋਲੋਂ ਪੈਸੇ ਲੈ ਕੇ ਆਪਣੀ ਜੇਬ 'ਚ ਪਾ ਲੈਂਦਾ ਗਾ, ਮੈਂ ਕਹਿੰਦਾ ਇਸ ਤੋਂ ਵੱਡਾ ਇਹ ਦੁਨੀਆਂ 'ਤੇ ਕੋਈ ਪਾਪ ਨਹੀਂ ਹੋ ਸਕਦਾ। ਇਸ ਦੀ ਨਹੀਂ ਜਿਹੜੀ ਕਰ ਠੀਕ RTI ਕਿਉਂ ਨਹੀਂ ਦਿੱਤੀ? RTI ਜਿਹੜੀ ਹੈ ਉਹਨਾਂ ਨੇ ਜਿਹੜੀ ਮੈਨੂੰ ਆਪਣੇ ਇੱਕ ਰਿਪੋਰਟਰ ਸਾਹਿਬ ਨੇ ਭੇਜੀ ਸੀਗੀ ਉਹ ਜਿਹੜੀ RTI ਸੰਬੰਧੀ ਉਹਨਾਂ ਨੂੰ ਦੇ ਦਿੱਤੀ ਗਈ ਉਹ ਡਿਪਟੀ CO ਵੱਲੋਂ ਦਿੱਤੀ ਗਈ ਹੈ। ਮੈਂ ਤਾਂ ਉਹਨਾਂ ਨੂੰ ਇਹ ਵੀ ਕਿਹਾ ਸੀਗਾ ਅਗਰ ਤੁਸੀਂ RTI ਜਿਹੜੀ ਤੁਹਾਨੂੰ ਦੇ ਦਿੱਤੀ, ਅਗਰ ਤੁਸੀਂ ਚਾਹੁੰਦੇ ਹੋ ਕਿ ਕਿਉਂ ਕਾਰਵਾਈ ਕੀਤੀ, ਕਿਉਂ ਹਟਾਇਆ ਗਿਆ, ਤੁਸੀਂ ਆਣ ਕੇ ਦਫ਼ਤਰ ਜਿਹਾ ਸਾਡਾ ਆਪਣੇ ਪੂਰੇ ਟਾਈਮ ਲਈ ਖੁੱਲ੍ਹਦਾ, 5 ਵਜੇ ਤੱਕ ਖੁੱਲ੍ਹਦਾ, ਜਦੋਂ ਮਰਜੀਤ ਸਦ ਕੇ ਆਣ ਕੇ ਤੁਸੀਂ ਪੈਂਟ ਪੰਨਿਆਂ ਦੀ ਉਹਨਾਂ ਨੇ ਮੰਗੀ ਸੀ ਜਿਹੜੀ ਹੈਗੀ ਆ ਮੰਗ ਕੀਤੀ ਸੀ ਅਤੇ ਉਹਦੀ ਫੀਸ ਵੀ ਭਰੀ ਸੀ ਸਿਰਫ ਇੱਕ ਪੇਜ ਨਾਲ ਹੀ ਸਾਰਿਆਂ। ਕੋਈ ਗੱਲ ਨਹੀਂ ਜੀ, ਜੇ ਉਹਨਾਂ ਲੱਗਦਾ ਕਿ ਸਾਨੂੰ ਜਿਹੜੀ RTI 'ਚ ਪੂਰੀ ਸੂਚਨਾ ਨਹੀਂ ਮਿਲੀ, ਇਸ ਸੰਬੰਧੀ ਜਾ ਕੇ ਮੈਂ ਪੂਰਾ ਪੁੱਛ ਗਿੱਛ ਕਰਵਾ ਕੇ ਉਹਨਾਂ ਨੂੰ ਪ੍ਰੋਪਰ ਉਪਲਬਧ ਕਰਾਵਾਂਗਾ। ਮਿਹਰਬਾਨੀ।